ਹੈਲੋ ਐਂਡ ਵੈਲਕਮ ਟੂ ਰੇਸ ਅਕੈਡਮੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੋਸਟ ਇੰਪੋਰਟੈਂਟ ਪੰਜਾਬ GK ਆਪਾਂ ਕਰਨ ਜਾ ਰਹੇ ਹਾਂ। MCQ ਦਾ ਪਾਰਟ ਹੈਗਾ ਇਹ 5ਵਾਂ। ਤਾਂ ਬਹੁਤ ਵਧੀਆ ਲੈਵਲ ਦੇ ਕੁਐਸਚਨ ਇਹਦੇ ਵਿੱਚ, ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਹੈਗਾ। ਜੇਕਰ ਤੁਸੀਂ ਅਜੇ ਤੱਕ ਪ੍ਰੀਵੀਅਸ ਲੈਸਨਸ ਨਹੀਂ ਦੇਖੇ, ਪਹਿਲਾਂ ਤੁਸੀਂ ਉਹ ਪ੍ਰੀਵੀਅਸ ਲੈਸਨ ਦੇਖਣੇ ਆ, ਫਿਰ ਤੁਸੀਂ 5ਵੇਂ 'ਤੇ ਆਉਣਾ ਗਾ। ਕਿਉਂਕਿ ਥੋੜ੍ਹਾ ਥੋੜ੍ਹਾ ਰਿਲੇਟ ਵੀ ਕਰਦਾ ਰਹਿੰਦਾ ਮੈਂ ਪਿਛਲੇ ਦੇ ਨਾਲ ਵੀ, ਇਹ ਪਿਛਲੇ ਦੇ ਵਿੱਚ ਪੜ੍ਹਾਇਆ ਸੀ, ਤੁਹਾਨੂੰ ਪਤਾ ਹੋਊਗਾ। ਸੋ ਯੂਜ਼ਫੁੱਲ ਰਹੂਗਾ ਇਹ। PPSC ਕਾਨਗੋ ਐਕਸਾਈਜ਼ ਇੰਸਪੈਕਟਰ ਪੁੱਡਾ, PSPCL ਪਟਵਾਰੀ, ਜਿਹਦੇ ਵਿੱਚ ਵੀ ਪੰਜਾਬ ਐਗਜ਼ਾਮ ਦੇ ਕੁਸ਼ਚਨ ਆਉਣ ਦੇ ਚਾਂਸ ਬਣਦੇ ਆ ਜਾਂ ਆਉਂਦੇ ਆ, ਤਾਂ ਉਹਨਾਂ ਵਾਸਤੇ ਇੰਪੋਰਟੈਂਟ ਰਹੂਗਾ। ਟੈਲੀਗ੍ਰਾਮ ਗਰੁੱਪ ਆ, ਫੇਸਬੁੱਕ ਗਰੁੱਪ ਆ, ਤੁਸੀਂ ਉਹਨਾਂ ਨੂੰ ਕਰ ਲੈਣਾ ਜੁਆਇਨ, ਜਿਹਦਾ ਲਿੰਕ ਤੁਹਾਨੂੰ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ। ਸੋ ਚਲੀਏ ਸਟਾਰਟ ਕਰਤੇ ਹੈ। ਪਹਿਲਾ ਕੁਸ਼ਚਨ ਆਪਕੀ ਸਕਰੀਨ ਪਰ ਇਹ ਰਹਾ। ਸੋ ਕੰਸਿਡਰ ਦਾ ਫੋਲੋਇੰਗ ਸਟੇਟਮੈਂਟਸ ਐਂਡ ਆਈਡੈਂਟੀਫਾਈ ਦਾ ਪਰਸਨੈਲਿਟੀ। ਕਿਸੇ ਪਰਸਨੈਲਿਟੀ ਬਾਰੇ ਦੱਸਣਾ ਜਿਹਦੇ ਬਾਰੇ ਗੱਲਾਂ ਆਪਾਂ ਨੂੰ ਦੱਸੀਆਂ ਹੋਈਆਂ, 3 ਦੇਖਣਾ ਫਿਰ ਉਹ ਕੌਣ ਹੈ। ਹਾਈ ਕਮਿਸ਼ਨਰ ਟੂ ਕੈਨੇਡਾ ਰਿਹਾ ਗਿਆ, ਤਾਂ ਹਾਈ ਕਮਿਸ਼ਨਰ ਆਫ ਇੰਡੀਆ ਟੂ ਕੈਨੇਡਾ ਇਹਨਾਂ ਨੇ ਸਰਵ ਕੀਤਾ ਗਾ। ਦੂਸਰਾ ਜਿਹੜਾ ਹੈਗਾ ਕਿ ਇਹਨਾਂ ਨੇ ਸਪੀਕਰ ਅਤੇ ਡਿਪਟੀ ਸਪੀਕਰ ਆਪਣੀ ਪੰਜਾਬ ਵਿਧਾਨ ਸਭਾ ਦੇ ਵਿੱਚ ਐਜ਼ ਸਪੀਕਰ ਅਤੇ ਡਿਪਟੀ ਸਪੀਕਰ ਵਜੋਂ ਸਰਵ ਕੀਤਾ ਗਾ। ਤੀਸਰਾ ਜਿਹੜਾ ਹੈਗਾ ਉਹ ਹੈਗਾ ਵੀ 2 ਵਾਰ ਇਹ ਸਪੀਕਰ ਰਹੇ ਆ ਲੋਕ ਸਭਾ ਦੇ। ਸੋ ਕੌਣ ਹੈ? ਦਰਬਾਰਾ ਸਿੰਘ, ਗੁਰਦਿਆਲ ਸਿੰਘ ਢਿੱਲੋਂ, ਗਿਆਨੀ ਜੈਲ ਸਿੰਘ ਅਤੇ GS ਅਟਵਾਲ। ਸੋ ਵਟ ਇਜ਼ ਦਾ ਰਾਈਟ ਆਨਸਰ? ਹੋਪ ਸੋ ਤੁਹਾਨੂੰ ਪਤਾ ਹੋਵੇਗਾ ਇਹਦਾ ਜਿਹੜਾ ਰਾਈਟ ਆਨਸਰ ਆ ਜੀ ਉਹ ਹੋਏਗਾ ਗੁਰਦਿਆਲ ਸਿੰਘ ਢਿੱਲੋਂ। ਠੀਕ ਹੈ। ਸੋ ਇਹ 2 ਵਾਰ ਸਪੀਕਰ ਬਣਿਆ। ਦੇਖੋ ਇੱਥੋਂ ਹੁਣ ਕੁਛ ਵੀ ਪੁੱਛਿਆ ਜਾ ਸਕਦਾ, ਕਿਵੇਂ ਵੀ ਇਹਨਾਂ 'ਚੋਂ ਕੁਸ਼ਚਨ ਹੋਰ ਤਰੀਕੇ ਨਾਲ ਪੁੱਛਿਆ ਜਾ ਸਕਦਾ। ਸੋ ਇਹਨਾਂ ਨੂੰ ਤੁਸੀਂ ਯਾਦ ਰੱਖਣਾ ਗਾ, ਇੰਪੋਰਟੈਂਟ ਬਣਦਾ। ਇਸ ਤੋਂ ਬਾਅਦ ਆ ਗਿਆ ਵਿਚ ਆਫ ਦਾ ਫੋਲੋਇੰਗ ਵਾਜ ਦਾ ਚੀਫ ਮਿਨਿਸਟਰ ਆਫ ਪੰਜਾਬ। ਤਾਂ ਚੀਫ ਮਿਨਿਸਟਰ ਆਫ ਪੰਜਾਬ ਪ੍ਰੋਵਿੰਸ ਕੌਣ ਹੈ ਉਹ, ਐਂਡ ਵਾਈਡਲੀ ਐਕਨੋਲਜਡ ਐਜ਼ ਆਰਕੀਟੈਕਟ ਆਫ ਪੋਸਟ ਇੰਡੀਪੈਂਡੈਂਸ ਪੰਜਾਬ। ਤਾਂ ਫਿਰ ਪਰਸਨੈਲਿਟੀ ਇੱਕ ਇੰਪੋਰਟੈਂਟ। ਤਾਂ ਇਹ ਜਿਹੜੇ ਸੀਗੇ, ਜਿਹੜੇ ਕਿ ਪ੍ਰਤਾਪ ਸਿੰਘ ਕੈਰੋ, ਪੰਜਾਬ ਪ੍ਰੋਵਿੰਸ ਦੇ CM ਵੀ ਰਹੇ ਆ ਇਹ ਪ੍ਰਤਾਪ ਸਿੰਘ ਕੈਰੋ। ਸੋ ਰਾਈਟ ਆਨਸਰ ਪ੍ਰਤਾਪ ਸਿੰਘ ਕੈਰੋ, ਇੰਪੋਰਟੈਂਟ ਯਾਦ ਰੱਖਣਾ। ਇਸ ਤੋਂ ਬਾਅਦ ਆ ਗਿਆ, ਅੱਛਾ ਇਹਨਾਂ ਦੀ ਡਿਟੇਲ ਆ ਜਿਹੜੀ ਉਹ ਪੜ੍ਹਾਂਗੇ ਕਦੇ ਨਾ ਕਦੇ ਆਪਾਂ, ਕਿਉਂਕਿ ਮੈਂ ਡਿਟੇਲ ਦੇ ਵੀ 10 ਪਾਰਟ ਕਰਵਾ ਚੁੱਕਿਆ। ਆਈ ਥਿੰਕ 10 ਪਤਾ ਨਹੀਂ, ਸ਼ਾਇਦ 8-9-10 ਪਾਰਟ ਹੋ ਚੁੱਕੇ ਪੰਜਾਬ ਦੀ ਥਿਊਰੀ ਦੇ, ਤਾਂ ਉਹ ਵੀ ਕੰਟੀਨਿਊ ਕਰਾਂਗੇ, ਟਾਈਮ ਦੀ ਸ਼ੋਰਟੇਜ ਆ। ਸੋ ਬਹੁਤ ਕੁਛ ਚੱਲ ਰਿਹਾ ਹੈਗਾ ਤੁਹਾਡੇ ਵਾਸਤੇ, ਬਹੁਤ ਤਕੜੇ ਤਕੜੇ ਸਰਪ੍ਰਾਈਜ਼ ਆਉਣ ਵਾਲੇ ਆ ਅਗਲੇ 2 ਮਹੀਨਿਆਂ ਦੇ ਵਿੱਚ। ਠੀਕ ਹੈ ਨਾ। ਸੋ ਕੋਈ ਕੁਛ ਮੈਂ ਕਰ ਰਿਹਾ ਹੈਗਾ ਵਰਕ ਉਹਤੇ, ਤਾਂ ਸੋ ਪਲੀਜ਼ ਥੋੜ੍ਹਾ ਜਿਹਾ ਮਤਲਬ ਵੀਡੀਓ ਨੂੰ ਦੇਖਿਆ ਕਰੋ ਅਤੇ ਸ਼ੇਅਰ ਵਗੈਰਾ ਕਰਿਆ ਕਰੋ, ਕਿਉਂਕਿ ਉਹਨੂੰ ਬਹੁਤ ਵਾਈਡ ਤਰੀਕੇ ਨਾਲ ਆਪਾਂ ਫੈਲਾਉਣਾ ਗਾ। ਚਲੋ ਕਰ। ਤਾਂ ਵਿਚ ਆਫ ਦਾ ਫੋਲੋਇੰਗ ਪੋਲੀਟੀਕਲ ਪਰਸਨੈਲਿਟੀਜ਼ ਆਫ ਇੰਡੀਆ ਐਨ ਇਕਨੋਮਿਸਟ ਐਂਡ ਰੈਸੀਪੀਐਂਟ ਆਫ ਭਾਰਤ ਰਤਨ ਬਿਕੇਮ ਦਾ ਪ੍ਰਾਈਮ ਮਿਨਿਸਟਰ ਆਫ ਇੰਡੀਆ ਟਵਾਈਸ ਫੋਰ ਅ ਪੀਰੀਅਡ ਆਫ 13 ਈਅਰ। ਦੇਖੋ ਕੁਸ਼ਚਨ ਕੀ ਪੁੱਛਣਾ ਚਾਹੁੰਦਾ ਕਿ ਕੌਣ ਉਹ ਇੰਡੀਆ ਦੀ ਪਰਸਨੈਲਿਟੀ ਹੈ ਜਿਹੜੀ ਕਿ ਪੋਲੀਟੀਕਲ ਵੀ ਹੈ, ਪੋਲੀਟੀਸ਼ੀਅਨ ਵੀ ਹੈ, ਯਾਨੀ ਕਿ ਇਕੋਨੋਮਿਸਟ ਵੀ ਹੈ, ਭਾਰਤ ਰਤਨ ਵੀ ਉਹਨਾਂ ਨੂੰ ਮਿਲਿਆ ਗਾ, ਅਤੇ ਉਹ ਪ੍ਰਾਈਮ ਮਿਨਿਸਟਰ ਵੀ ਬਣਿਆ 2 ਵਾਰੀ, ਪੀਰੀਅਡ 13 ਦਿਨਾਂ ਦਾ ਹੀ ਰਿਹਾ ਗਾ। ਤਾਂ ਕੌਣ ਆ ਉਹ? ਗੁਲਜ਼ਾਰੀ ਲਾਲ ਨੰਦਾ। ਠੀਕ ਹੈ। ਸੋ ਬਹੁਤ ਇੰਪੋਰਟੈਂਟ ਹੈ ਗੁਲਜ਼ਾਰੀ ਲਾਲ ਨੰਦਾ। ਠੀਕ ਹੈ। ਸੋ ਇਹ 1964 ਦੇ ਵਿੱਚ 13 ਦਿਨਾਂ ਵਾਸਤੇ ਬਣੇ ਸੀ ਐਕਟਿੰਗ ਪ੍ਰਾਈਮ ਮਿਨਿਸਟਰ, ਅਤੇ ਉਸ ਤੋਂ ਬਾਅਦ ਆਈ ਥਿੰਕ 1966 ਦੇ ਵਿੱਚ ਬਣੇ ਸੀ। ਠੀਕ ਹੈ। ਸੋ ਐਕਟਿੰਗ 13 ਦਿਨਾਂ ਦਾ ਜਾਂ 14 ਦਿਨਾਂ ਦਾ ਲਗਭਗ ਇਹਨਾਂ ਦਾ ਕਿਰਿਆਕਾਲ ਰਿਹਾ ਗਾ। ਠੀਕ ਹੈ। ਸੋ ਭਾਰਤ ਰਤਨ ਵੀ ਹੈ, ਇਕੋਨੋਮਿਸਟ ਵੀ ਹੈ, ਪੋਲੀਟੀਸ਼ੀਅਨ ਤਾਂ ਹੈਗੀ ਹੈਗਾ। ਠੀਕ ਹੈ। ਸੋ ਇਹ ਤੁਸੀਂ ਯਾਦ ਰੱਖਣਾ ਗਾ। ਇੱਕ ਕੁਸ਼ਚਨ ਹੋਰ ਪੁੱਛਦੇ ਹੁੰਦੇ ਆਪਾਂ ਕਈ ਵਾਰ ਕੁਸ਼ਚਨਾਂ ਦੇ ਵਿੱਚ ਪੜ੍ਹਦੇ ਕਿ ਇਹਨਾਂ ਦੇ ਵਿੱਚੋਂ ਕਿਹੜੇ ਪ੍ਰਾਈਮ ਮਿਨਿਸਟਰ ਜਿਹੜੇ ਰਾਜਾ ਸਭਾ 'ਚੋਂ ਬਣੇ ਆ, ਜਿਵੇਂ ਕਿ ਆਪਾਂ ਲੇਟੈਸਟ ਦੀ ਗੱਲ ਕਰੀਏ ਤਾਂ ਮਨਮੋਹਨ ਸਿੰਘ ਸੀਗੇ ਜਿਹੜੇ ਰਾਜਾ ਸਭਾ 'ਚੋਂ ਬਣੇ ਸੀਗੇ। ਮਨਮੋਹਨ ਸਿੰਘ 4th ਸੀ, ਉਸ ਤੋਂ ਪਹਿਲਾਂ ਪਹਿਲੇ ਨੰਬਰ ਤੋਂ ਹੀ ਗੱਲ ਕਰ ਲਈ ਤਾਂ ਪਹਿਲੇ ਨੰਬਰ 'ਤੇ ਰਾਜਾ ਸਭਾ ਤੋਂ ਜਿਹੜੇ ਆਏ ਸੀ ਅਤੇ ਪ੍ਰਧਾਨ ਮੰਤਰੀ ਬਣੇ ਸੀ ਇੰਦਰਾ ਗਾਂਧੀ। ਠੀਕ ਹੈ। ਉਸ ਤੋਂ ਬਾਅਦ ਦੂਸਰੇ ਆਏ ਸੀਗੇ HS ਦੇਵਗੌੜਾ। ਠੀਕ ਹੈ। HS ਦੇਵਗੌੜਾ ਇਹ ਜਿਹੜੇ ਦੂਸਰੇ ਰਾਜਾ ਸਭਾ 'ਚੋਂ ਪ੍ਰਧਾਨ ਮੰਤਰੀ ਆਪਣੇ ਬਣੇ ਆ। ਉਸ ਤੋਂ ਬਾਅਦ ਫਿਰ ਆਏ IK ਗੁਜਰਾਲ, ਯਾਨੀ ਕਿ ਇੰਦਰ ਕੁਮਾਰ ਗੁਜਰਾਲ, ਜਿਨ੍ਹਾਂ 'ਤੇ ਹੁਣ ਨਾਮ 'ਤੇ ਯੂਨੀਵਰਸਿਟੀ ਵੀ ਹੈ ਜਲੰਧਰ ਆਪਣੀ PTU। ਠੀਕ ਹੈ। ਸੋ ਤੀਸਰੇ ਨੰਬਰ 'ਤੇ ਇਹ ਬਣੇ ਸੀ, ਫਿਰ ਉਸ ਤੋਂ ਬਾਅਦ ਮਨਮੋਹਨ ਸਿੰਘ 4th ਨੰਬਰ 'ਤੇ ਰਾਜ ਸਭਾ ਤੋਂ ਪ੍ਰਧਾਨ ਮੰਤਰੀ ਬਣਿਆ। ਇਹ ਕੁਸ਼ਚਨ ਕ੍ਰੋਨੋਲੋਜੀਕਲ ਵੀ ਪੁੱਛਿਆ ਜਾ ਸਕਦਾ, ਵੈਸੇ ਵੀ ਪੁੱਛਿਆ ਜਾ ਸਕਦਾ। ਸੋ ਆਈ ਥਿੰਕ ਤੁਹਾਨੂੰ ਪਤਾ ਲੱਗ ਗਿਆ ਹੋਊਗਾ। ਟੈਲੀਗ੍ਰਾਮ ਗਰੁੱਪ ਜੁਆਇਨ ਕਰ ਲਿਓ, ਉੱਥੇ ਅਪਡੇਟਸ ਵਗੈਰਾ ਆਉਂਦੀਆਂ ਰਹਿੰਦੀਆਂ, PDF ਵਗੈਰਾ ਵੀ ਜੇਕਰ ਤੁਸੀਂ ਮੰਗਦੇ ਹੋ ਤਾਂ ਮੈਂ ਉੱਥੇ ਪਾ ਦਿੰਦਾ ਹੁੰਦਾ। ਨਹੀਂ ਮੈਂ ਕੀ ਕਰਦਾ ਹੁੰਦਾ, 10 ਦਿਨਾਂ ਬਾਅਦ ਜਿੰਨੇ ਵੀ ਪੜ੍ਹਾਇਆ ਉਹ ਸਾਰਾ ਕੁਛ ਇਕੱਠੇ ਹੀ ਪਾ ਦਿੰਦਾ ਹੁੰਦਾ ਮੈਂ। ਠੀਕ ਹੈ। ਸੋ ਟੈਲੀਗ੍ਰਾਮ ਗਰੁੱਪ ਜ਼ਰੂਰ ਜੁਆਇਨ ਕਰਨਾ, ਉਹਦਾ ਲਿੰਕ ਆ ਤੁਹਾਨੂੰ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਮਿਲੂਗਾ। ਇਸ ਤੋਂ ਬਾਅਦ ਆ ਗਿਆ ਜੀ ਆਈਡੈਂਟੀਫਾਈ ਦਾ ਪਰਸਨੈਲਿਟੀ, ਫਿਰ ਆਪਾਂ ਪਰਸਨੈਲਿਟੀ ਦੱਸਣੀ ਹੈ। ਕਹਿੰਦਾ ਜੀ ਹੀ ਵਾਜ ਦਾ 7th ਪ੍ਰੈਜੀਡੈਂਟ ਆਫ ਇੰਡੀਆ, 7ਵੇਂ ਪ੍ਰੈਜੀਡੈਂਟ ਆਫ ਇੰਡੀਆ।
ਹਿਜ ਪ੍ਰੈਜ਼ੀਡੈਂਸੀ ਵਾਜ਼ ਮਾਰਕਡ ਬਾਏ ਓਪਰੇਸ਼ਨ ਬਲਿਊ ਸਟਾਰ। ਓਪਰੇਸ਼ਨ ਬਲਿਊ ਸਟਾਰ ਤੋਂ ਤੁਸੀਂ ਸਾਰੇ ਜਾਣੂ ਹੋਵੋਗੇ, ਠੀਕ ਹੈ। ਸੋ ਜਿਹੜਾ ਅਟੈਕ ਹੋਇਆ ਸੀਗਾ ਹਰਿਮੰਦਰ ਸਾਹਿਬ 'ਤੇ, ਤਾਂ ਉਹ ਓਪਰੇਸ਼ਨ ਬਲਿਊ ਸਟਾਰ ਦੇ ਨਾਮ ਨਾਲ ਜਾਣਿਆ ਗਿਆ। ਇਸ ਤੋਂ ਬਾਅਦ ਆ ਗਿਆ ਹੀ ਰਿਪਾਟਰੀਏਟਡ ਦਾ ਰਿਮੇਨਸ ਆਫ ਊਧਮ ਸਿੰਘ ਫਰੋਮ ਲੰਡਨ। ਬਹੁਤ ਇੰਪੋਰਟੈਂਟ ਪੁਆਇੰਟ ਹੈ ਤੀਸਰਾ, ਠੀਕ ਹੈ। ਸੋ ਇੱਥੋਂ ਵੀ ਸਿੰਗਲ ਸਿੰਗਲ ਕੁਐਸਚਨ ਪੁੱਛੇ ਜਾ ਸਕਦੇ ਆ। ਸੋ ਓਪਰੇਸ਼ਨ ਬਲਿਊ ਸਟਾਰ ਤੋਂ ਤੁਹਾਨੂੰ ਪਤਾ ਲੱਗ ਗਿਆ ਹੋਊਗਾ, ਜਾਂ ਆਪਣੇ ਪ੍ਰੈਜ਼ੀਡੈਂਟ ਜਿਹੜੇ ਪੰਜਾਬ ਦੇ ਰਹੇ ਆ ਗਿਆਨੀ ਜੈਲ ਸਿੰਘ। ਸੋ ਇਹ ਕਾਫੀ 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 ਇੰਪੋਰਟੈਂਟ, ਪ੍ਰੈਜ਼ੀਡੈਂਟ ਤਾਂ ਇੰਡੀਆ ਦੇ ਸੀਗੇ, ਪਰਸਨੈਲਿਟੀ ਪੰਜਾਬ ਦੀ ਸੀ, ਠੀਕ ਹੈ। ਸੋ ਗਿਆਨੀ ਜੈਲ ਸਿੰਘ ਆਉਣਗੇ, ਠੀਕ ਹੈ। ਸੋ ਇਹਦਾ ਜਿਹੜਾ ਆਨਸਰ ਆ ਥਰਡ ਆਪਸ਼ਨ, ਸੋ ਆਈ ਥਿੰਕ ਤੁਹਾਡਾ ਵੀ ਆਨਸਰ ਰਾਈਟ ਹੋਵੇਗਾ। ਇਸ ਤੋਂ ਬਾਅਦ ਆ ਗਿਆ ਜੀ ਵਿੱਚ ਆਫ ਦਾ ਫੋਲੋਇੰਗ ਔਰਗਨਾਈਜੇਸ਼ਨਸ ਵਾਜ਼ ਐਸੋਸੀਏਟਡ ਵਿਦ ਭਗਤ ਸਿੰਘ। ਸੋ ਭਗਤ ਸਿੰਘ ਜੀ ਦੇ ਨਾਲ ਕਿਹੜੀ ਐਸੋਸੀਏਟ ਕਰਦੀ ਆ, ਤਾਂ ਤੁਹਾਨੂੰ ਪਤਾ ਕਿ ਐਚ ਐੱਸ ਆਰ ਏ ਇੱਕ ਬਣੀ ਸੀ, ਤਾਂ ਉਹ ਕਾਸਟ 'ਚੋਂ ਨਿਕਲੀ ਸੀ, ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਆਰਮੀ ਜਿਹੜੀ ਸੀਗੀ ਐਸੋਸੀਏਸ਼ਨ, ਤਾਂ ਉਹ ਜਿਹੜੀ ਨਿਕਲੀ ਸੀ ਇਸੇ 'ਚੋਂ ਨਿਕਲੀ ਸੀ ਉਹ, ਠੀਕ ਹੈ। ਹਿੰਦੁਸਤਾਨ ਰਿਪਬਲਿਕਨ ਆਰਮੀ, ਤਾਂ ਉਹਦਾ ਇੱਕ ਕਹਿ ਸਕਦੇ ਹੋ ਕਿ ਵੱਡਾ ਪਾਰਟ ਬਣ ਕੇ ਬਾਅਦ ਵਿੱਚ ਉੱਭਰਿਆ। ਸੋ ਹਿੰਦੁਸਤਾਨ ਰਿਪਬਲਿਕ ਆਰਮੀ ਆ ਜਿਹੜੀ ਉਹ ਐਸੋਸੀਏਟ ਕਰਦੀ ਆ ਭਗਤ ਸਿੰਘ ਦੇ ਨਾਲ, ਠੀਕ ਹੈ। ਸੋ ਇਹਦਾ ਆਨਸਰ ਆ ਜੂ ਸੈਕਿੰਡ ਆਪਸ਼ਨ। ਗਦਰ ਪਾਰਟੀ ਵਾਲਾ ਤਾਂ ਕੁਸ਼ਚਨ ਤੁਹਾਨੂੰ ਬਹੁਤ ਵਾਰ ਮਿਲੂਗਾ, ਅਤੇ ਮੈਨੂੰ ਲੱਗਦਾ ਪੰਜਵਾਂ ਪਾਰਟ 'ਤੇ ਆਪਾਂ ਹੀ ਤਿੰਨ ਵਾਰੀ ਕਰ ਚੁੱਕੇ ਹਾਂ ਅਲੱਗ ਅਲੱਗ ਕੁਸ਼ਚਨਾਂ ਤੋਂ। ਸੋ ਇੱਥੇ ਫਾਊਂਡਿੰਗ ਪਰਸਨੈਲਿਟੀ ਪੁੱਛਿਆ ਹੋਣਗਾ, ਫਾਊਂਡਿੰਗ ਫਾਦਰ ਪੁੱਛਿਆ, ਯਾਨੀ ਕਿ ਗਦਰ ਪਾਰਟੀ ਦਾ। ਤਾਂ ਫਾਊਂਡਿੰਗ ਫਾਦਰ ਜਾਂ ਗਦਰ ਪਾਰਟੀ ਦੇ ਨਾਲ ਰਿਲੇਟਡ ਜਿਹੜੇ ਦੋ ਨਾਮ ਉਹ ਤੁਹਾਨੂੰ ਪਤਾ ਕਿ ਲਾਲਾ ਹਰਦਿਆਲ, ਠੀਕ ਹੈ, ਅਤੇ ਆਪਣੇ ਸੋਹਣ ਸਿੰਘ ਭਗਣਾ, ਠੀਕ ਹੈ। ਸੋਹਣ ਸਿੰਘ ਭਗਣਾ ਪ੍ਰੈਜ਼ੀਡੈਂਟ ਬਣ ਗਏ ਸੀਗੇ, ਅਤੇ ਫਾਊਂਡਿੰਗ ਫਾਦਰ ਦੇ ਨਾਮ ਨਾਲ ਲਾਲਾ ਹਰਦਿਆਲ ਜੀ ਜਾਣਨ ਲੱਗ ਗਏ, ਠੀਕ ਹੈ। ਸੋ ਇਹ ਕਾਫੀ ਇੰਪੋਰਟੈਂਟ ਹੈ, ਮੈਂ ਦੱਸਿਆ ਵੀ ਸੀ ਪਹਿਲਾਂ। ਇਸ ਤੋਂ ਬਾਅਦ ਆ ਗਿਆ ਫਸਟ ਲੇਡੀ ਜਿਹੜੇ ਕਿ ਚੀਫ ਮਿਨਿਸਟਰ ਆਫ ਪੰਜਾਬ ਰਹੇ ਆ। ਫਸਟ ਲੇਡੀ ਚੀਫ ਮਿਨਿਸਟਰ ਆਫ ਪੰਜਾਬ ਕੌਣ ਆ ਜੀ? ਰਜਿੰਦਰ ਕੌਰ ਭੱਠਲ। ਸੋ ਯਾਨੀ ਕਿ ਥਰਡ ਆਪਸ਼ਨ ਇਹਦਾ ਰਾਈਟ ਬਣੂਗਾ, ਰਾਈਟ ਹੈ, ਕਾਂਗਰਸ ਪਾਰਟੀ ਦੇ ਨਾਲ ਰਿਲੇਟਡ ਹੈ, ਰਜਿੰਦਰ ਕੌਰ ਭੱਠਲ ਜੀ। ਇਸ ਤੋਂ ਬਾਅਦ ਪਹਿਲੇ ਲੇਡੀ ਡਿਪਟੀ ਕਮਿਸ਼ਨਰ ਆਫ ਇੰਡੀਆ, ਬਹੁਤ ਇੰਪੋਰਟੈਂਟ ਹੈ, ਡਿਪਟੀ ਕਮਿਸ਼ਨਰ ਆਫ ਇੰਡੀਆ ਫਸਟ ਲੇਡੀ ਕੌਣ ਆ ਜੀ? ਕੁਸ਼ਚਨ ਵਿੰਨੀ ਚੌਹਾਨ ਵੀ ਦਿੱਤਾ ਗਾ, ਵੀਨਾ ਮਹਾਜਨ ਵੀ ਦਿੱਤਾ, ਅਤੇ ਵਿੰਨੀ ਮਹਾਜਨ ਵੀ ਦਿੱਤਾ। ਕੁਸ਼ਚਨ ਯਾਨੀ ਕਿ ਆਪਸ਼ਨ ਟ੍ਰਿਕੀ ਦਿੱਤੇ ਹੋਏ ਆ, ਤਾਂ ਇਹਦਾ ਜਿਹੜਾ ਆਨਸਰ ਆਜੂਗਾ ਜੀ ਉਹ ਆਜੂਗਾ ਮਿਸ ਵਿੰਨੀ ਮਹਾਜਨ, ਯਾਨੀ ਕਿ ਸੈਕਿੰਡ ਆਪਸ਼ਨ ਇਹਦਾ ਰਾਈਟ ਬਣਦਾ ਗਾ। ਇਸ ਤੋਂ ਬਾਅਦ ਆ ਗਿਆ ਕੁਸ਼ਚਨ ਕਿ ਮੁਹੰਮਦ ਗਜਨੀ ਨੇ ਪੰਜਾਬ 'ਤੇ ਅਟੈਕ ਕਿੰਨੇ ਕੀਤੇ ਆ? ਅਲੱਗ ਅਲੱਗ ਕਿਤਾਬਾਂ ਦੇ ਵਿੱਚ ਡਾਟੇ ਤੁਹਾਨੂੰ ਅਲੱਗ ਅਲੱਗ ਮਿਲਣਗੇ, ਕਿੱਥੇ 16 ਵੀ ਲਿਖੇ ਆ, ਕਿੱਥੇ 17 ਵੀ ਲਿਖੇ ਆ, ਤਾਂ 17 ਇਹਦਾ ਆਨਸਰ ਮੋਸਟ ਅਪਰੋਪ ਜਿਹੜਾ ਐਪਰੋਪਰੀਏਟ ਆਨਸਰ ਬਣਦਾ ਗਾ, ਮੁਹੰਮਦ ਗਜਨੀ ਨੇ ਜਿਹੜੇ ਅਟੈਕ ਕੀਤੇ ਆ ਪੰਜਾਬ 'ਤੇ, ਠੀਕ ਹੈ ਜੀ। ਇਸ ਤੋਂ ਬਾਅਦ ਆ ਗਿਆ ਵਟ ਇਜ਼ ਦਾ ਗਰੀਕ ਨੇਮ ਆਫ ਰਿਵਰ ਰਾਵੀ? ਤਾਂ ਰਾਵੀ, ਬਿਆਸ, ਸਤਲੁਜ, ਇਹਨਾਂ ਦੇ ਜਿੰਨੇ ਵੀ ਇੰਪੋਰਟੈਂਟ ਨਾਮ ਬਣਦੇ, ਜਿਹੜੇ ਪ੍ਰੀਵੀਅਸ ਨਾਮ ਹੈ, ਹੈ ਨਾ, ਜਿਨ੍ਹਾਂ ਨੂੰ ਆਪਾਂ ਗਰੀਕ ਨੇਮ ਕਹਿੰਦੇ ਹਾਂ, ਤਾਂ ਉਹ ਨਾਮ ਤੁਸੀਂ ਯਾਦ ਰੱਖਣੇ ਸਾਰਿਆਂ ਦੇ। ਅਤੇ ਰਾਵੀ ਦਾ ਕੀ ਆ? ਰਾਵੀ ਦਾ ਜਿਹੜਾ ਹੈਗਾ ਉਹ ਹੈਗਾ ਜੀ ਹਾਈਡਰੋਟਸ, ਠੀਕ ਹੈ। ਸੋ ਇਹ ਕਾਫੀ ਇੰਪੋਰਟੈਂਟ ਆ, ਹਾਈਡਰੋਟਸ, ਠੀਕ ਹੈ। ਇਸ ਤੋਂ ਬਾਅਦ ਆ ਗਿਆ ਜੀ ਦਾ ਟੋਟਲ ਨੰਬਰ ਆਫ ਸੀਟਸ ਆਫ ਪੰਜਾਬ ਇਨ ਵਿਧਾਨ ਸਭਾ। ਤਾਂ ਵਿਧਾਨ ਸਭਾ ਦੇ ਵਿੱਚ ਜਿਹੜੀਆਂ ਹੈਗੀਆਂ 117 ਸੀਟਾਂ, ਠੀਕ ਹੈ। ਵਿਧਾਨ ਸਭਾ ਹੁੰਦੀ ਹੈ, ਇੱਕ ਵਿਧਾਨ ਪਰਿਸ਼ਦ ਹੁੰਦੀ ਹੈ, ਵਿਧਾਨ ਪਰਿਸ਼ਦ ਆਪਣੇ ਪੰਜਾਬ ਦੇ ਵਿੱਚ ਨਹੀਂ ਹੈਗੀ। ਕਿੰਨੀਆਂ ਸਟੇਟਾਂ ਦੇ ਵਿੱਚ ਆ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸਣਾ ਕਿ ਵਿਧਾਨ ਪਰਿਸ਼ਦ ਕਿੰਨੀਆਂ ਸਟੇਟਾਂ ਦੇ ਵਿੱਚ ਮੌਜੂਦ ਹੈ। ਜਿਹੜੀਆਂ ਵੱਡੀਆਂ ਸਟੇਟਾਂ ਹੁੰਦੀਆਂ, ਤਾਂ ਪਾਪੂਲੇਸ਼ਨ ਦੇ ਮੁਤਾਬਕ ਉੱਥੇ ਵਿਧਾਨ ਸਭਾ ਬਣਾ ਦਿੱਤੀ ਜਾਂਦੀ ਹੈ। ਇਹ ਮੰਡੇਟਰੀ ਨਹੀਂ ਹੈਗਾ ਕਿ ਹਰੇਕ ਸਟੇਟ ਦੇ ਵਿੱਚ ਵਿਧਾਨ ਪਰਿਸ਼ਦ ਹੋਵੇ ਅਤੇ ਫਿਰ ਉਹ ਬਣਾ ਦਿੱਤੀ ਜਾਂਦੀ ਹੈ, ਠੀਕ ਹੈ। ਵਿਧਾਨ ਸਭਾ ਤਾਂ ਹਰੇਕ ਸਟੇਟ ਦੇ ਵਿੱਚ ਆ, ਵਿਧਾਨ ਪਰਿਸ਼ਦ ਆ ਜਿਹੜੀ ਉਹ ਉੱਥੇ ਆ, ਜਿਵੇਂ ਯੂਪੀ ਹੋ ਗਿਆ ਨਾ, ਜਿੱਥੇ ਵੱਡੀ ਸਟੇਟ ਆ, ਮਤਲਬ ਉੱਥੇ ਉਹ ਬਣਦੇ ਆ। ਚਲੋ, ਕਿੰਨੀਆਂ ਸਟੇਟਾਂ ਦੇ ਵਿੱਚ ਆ ਤੁਸੀਂ ਦੱਸਣਾ। 1805 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਵਨ ਅੰਮ੍ਰਿਤਸਰ ਫਰੋਮ ਵਿੱਚ ਮਿਸਲ, ਤਾਂ ਮਿਸਲਾਂ ਬਾਰੇ ਵੀ ਆਪਾਂ ਪੂਰੀ ਡਿਟੇਲ ਦੇ ਵਿੱਚ ਪੜ੍ਹਾਂਗੇ ਕਦੇ ਨਾ ਕਦੇ। ਤਾਂ ਅੰਮ੍ਰਿਤਸਰ ਜਿੱਤਿਆ ਕਿਹੜੀ ਮਿਸਲ ਤੋਂ 1805 ਦੇ ਵਿੱਚ? ਤਾਂ ਅੱਤਰੀ ਮਿਸਲ। ਤਾਂ ਇਹਦਾ ਥਰਡ ਆਪਸ਼ਨ ਰਾਈਟ ਬਣੂਗਾ ਜੀ, ਅੱਤਰੀ ਮਿਸਲ। ਪੰਜਾਬੀ ਨੋਵਲ ਦੇ ਜਿਹੜੇ ਫਾਇਨੀਰ ਆ, ਯਾਨੀ ਕਿ ਮੁੱਢ ਕਦੀਮ ਆ ਜਿਹੜੇ, ਉਹ ਕਿਹਨਾਂ ਨੂੰ ਮੰਨਿਆ ਜਾਂਦਾ ਗਾ? ਸੋ ਪੰਜਾਬੀ ਨੋਵਲ ਦੇ ਜਿਹੜੇ ਨਾਨਕ ਸਿੰਘ, ਚਿੱਟਾ ਲਹੂ, ਇਹਨਾਂ ਦੇ ਨਾਮ ਨਾਲ ਜਿਹੜਾ ਜੁੜਿਆ ਹੋਇਆ ਇੱਕ ਚਿੱਟਾ ਲਹੂ, ਯਾਨੀ ਕਿ ਬਹੁਤ ਕਿਤਾਬ ਇਹ ਕੁਸ਼ਚਨ ਪੁੱਛੀ ਜਾਂਦੀ ਹੈ ਵੀ ਨੋਵਲ ਕਿਹਦਾ ਗਾ? ਨਾਨਕ ਸਿੰਘ, ਠੀਕ ਹੈ। ਇਸ ਤੋਂ ਬਾਅਦ ਆ ਗਿਆ ਜੀ ਫਾਇਨੀਰ ਆਫ ਪੰਜਾਬੀ ਸੂਬਾ। ਪੰਜਾਬੀ ਸੂਬਾ ਦੇ ਫਾਇਨੀਰ ਕਿਹੜੇ ਮੰਨੇ ਜਾਂਦੇ ਆ? ਸੋ ਪੰਜਾਬੀ ਸੂਬਾ ਦੇ ਜਿਹੜੇ ਹੈਗੇ ਆ ਜੀ, ਉਹ ਹੈਗੇ ਆ ਮਾਸਟਰ ਤਾਰਾ ਸਿੰਘ, ਠੀਕ ਹੈ। ਪੰਜਾਬੀ ਸੂਬਾ ਦੇ ਫਾਦਰ ਜਾਂ ਮੁੱਢ ਕਦੀਮ ਇਹ ਪਾਇਨੀਰ ਮੰਨੇ ਜਾਂਦੇ ਆ। ਇਸ ਤੋਂ ਬਾਅਦ ਆ ਗਿਆ ਜੀ ਟ੍ਰਿਟੀ ਆਫ ਅੰਮ੍ਰਿਤਸਰ ਆ ਜਿਹੜੀ, ਉਹ ਕਦੋਂ ਹੋਈ ਸੀ? ਤੁਹਾਨੂੰ ਪਤਾ ਮਹਾਰਾਜਾ ਰਣਜੀਤ ਸਿੰਘ ਅਤੇ ਬ੍ਰਿਟਿਸ਼ ਵਿਚਕਾਰ ਹੋਈ ਸੀ ਟ੍ਰਿਟੀ ਆਫ ਅੰਮ੍ਰਿਤਸਰ, 1809, ਠੀਕ ਹੈ। 1809, ਸੋ ਇਹ ਕਾਫੀ ਇੰਪੋਰਟੈਂਟ ਹੈ।
ਟ੍ਰਿਟੀ ਆਫ ਲਾਹੌਰ ਵੀ ਆਉਂਦਾ ਹੁੰਦਾ ਜਿਹੜਾ ਕਿ ਆਪਾਂ ਪਿਛਲੇ 'ਚ ਪੜ੍ਹਿਆ ਸੀਗਾ, ਠੀਕ ਹੈ ਨਾ? ਤਾਂ ਸਾਰੀਆਂ ਟ੍ਰਿਟੀਆਂ ਯਾਦ ਰੱਖਣੀਆਂ, ਕਿਉਂਕਿ ਪੁੱਛਿਆ ਜਾ ਸਕਦਾ ਕਦੋਂ ਹੋਈਆਂ, ਕਿਹਨਾਂ ਦੇ ਵਿਚਕਾਰ ਹੋਈਆਂ, ਉਦੋਂ ਵੀ ਮੈਂ ਦੱਸਿਆ ਸੀ ਮਹਾਰਾਜਾ ਰਣਜੀਤ ਸਿੰਘ ਬਾਰੇ। ਤਾਂ ਇਸ ਤੋਂ ਬਾਅਦ ਆ ਗਿਆ ਵੈਨ ਵਾਜ ਦਾ ਯੂਜ਼ ਆਫ ਪੰਜਾਬੀ ਮੇਡ ਕੰਪਲਸਰੀ ਇਨ ਦਾ ਈਅਰ। ਤਾਂ ਪੰਜਾਬੀ ਕਦੋਂ ਕੰਪਲਸਰੀ ਹੋ ਗਈ ਆਪਣੇ, ਕਿਹੜੇ ਸਾਲ ਦੇ ਵਿੱਚ? ਤਾਂ ਕੰਪਲਸਰੀ ਹੋਈ ਹੈ ਜੀ 1992 ਦੇ ਵਿੱਚ, ਠੀਕ ਹੈ, 1992। ਇਹ ਆਪਣੇ ਜਨਮ ਦਿਨ ਦੇ ਹਿਸਾਬ ਨਾਲ ਤੁਸੀਂ ਯਾਦ ਕਰ ਸਕਦੇ ਹੋ, ਅਲੱਗ ਅਲੱਗ ਉਹਦੇ ਨੇੜੇ ਤੇੜੇ, ਠੀਕ ਹੈ। ਸੋ 1992 ਟ੍ਰਿਕ ਬਣਾ ਲਿਆ ਕਰੋ ਆਪਣੇ ਆਪਣੇ। ਸੋ ਪੰਜਾਬੀ ਉਦੋਂ ਕੰਪਲਸਰੀ ਹੋਊਗੀ। ਵੈਨ ਵਾਜ ਦਾ ਯੂਜ਼ ਆਫ ਪੰਜਾਬੀ ਮੇਡ ਕੰਪਲਸਰੀ, ਫਿਰ ਆ ਗਿਆ ਕੁਸ਼ਚਨ ਇਹ ਤਾਂ ਲੈ 1992, ਠੀਕ ਹੈ। ਸੋ ਇਹ ਯਾਦ ਰੱਖਣਾ। ਇਸ ਤੋਂ ਬਾਅਦ ਆ ਗਿਆ ਜੀ, ਹੂ ਇਜ਼ ਦਾ ਪੰਜਾਬੀ ਫਸਟ ਨੋਵਲਿਸਟ ਟੂ ਗੈਟ ਗਿਆਨ ਪੀਠ ਅਵਾਰਡ। ਤਾਂ ਦੇਖੋ ਪਿਛਲੀ ਵਾਰ ਅੰਮ੍ਰਿਤਾ ਪ੍ਰੀਤਮ ਜੀ ਤੋਂ ਆਇਆ ਸੀ ਕੁਸ਼ਚਨ ਕਿ ਫੀਮੇਲ ਕੌਣ ਹੈ ਗਿਆਨ ਪੀਠ ਅਵਾਰਡ ਦੇ, ਤਾਂ ਉਦੋਂ ਹੀ ਦੱਸਿਆ ਸੀਗਾ ਕਿ ਮੇਲ ਕੌਣ ਹੈ। ਤਾਂ ਉਹੀ ਫਸਟ ਨੋਵਲਿਸਟ ਹੈ ਜਿਨ੍ਹਾਂ ਨੂੰ ਗਿਆਨ ਪੀਠ ਅਵਾਰਡ ਮਿਲਿਆ ਗਾ, ਤਾਂ ਗੁਰਦਿਆਲ ਸਿੰਘ, ਸਰਦਾਰ ਗੁਰਦਿਆਲ ਸਿੰਘ ਜਿਨ੍ਹਾਂ ਨੂੰ ਇਹ ਅਵਾਰਡ ਮਿਲਿਆ ਗਾ। ਇਸ ਤੋਂ ਬਾਅਦ ਆ ਗਿਆ ਜੀ ਪੰਜਾਬੀ ਸਕੂਲ ਨਹੀਂ, ਪੰਜਾਬ ਸਕੂਲ ਐਜੂਕੇਸ਼ਨ ਬੋਰਡ, ਯਾਨੀ ਕਿ PSEB ਦਾ ਜਿਹੜਾ ਹੈਗਾ ਜੀ, ਇਹ ਕਦੋਂ ਅਸਟੈਬਲਿਸ਼ਮੈਂਟ ਦੀ ਹੋਈ ਆ, ਕਿਹੜੇ ਸਾਲ ਦੇ ਵਿੱਚ ਹੋਈ ਆ? ਤਾਂ ਇਹਦੀ ਅਸਟੈਬਲਿਸ਼ਮੈਂਟ ਜਿਹੜੀ ਹੋਈ ਆ ਉਹ 1969 ਦੇ ਵਿੱਚ ਹੋਈ ਹੈ, ਯਾਨੀ ਕਿ ਪਹਿਲਾ ਆਪਸ਼ਨ ਇਹਦਾ ਰਾਈਟ ਬਣਦਾ ਗਾ, ਠੀਕ ਹੈ। ਜੇਕਰ ਕੋਈ ਵੀ ਕੁਸ਼ਚਨ ਦੇ ਵਿੱਚ ਡਾਊਟ ਹੋਵੇ, ਜਾਂ ਕਈ ਵਾਰੀ ਮੇਰੇ ਤੋਂ ਵੀ ਕੋਈ ਨਾ ਕੋਈ ਕੁਸ਼ਚਨ ਦਾ ਆਨਸਰ ਕਈ ਵਾਰੀ ਮਿਸ, ਯਾਨੀ ਕਿ ਉਹ ਕਹਿ ਸਕਦੇ ਹੋ ਵੀ ਮਿਸ ਹੋ ਜਾਂਦਾ ਜਾਂ ਗਲਤ ਹੋ ਜਾਂਦਾ, ਤਾਂ ਕਦੇ ਵੀ ਉਸ ਨੂੰ ਨੈਗੇਟਿਵ ਪੱਖ 'ਚ ਨਹੀਂ ਲੈ ਕੇ ਜਾਣਾ, 100% ਕਦੇ ਵੀ ਕੋਈ ਨਹੀਂ ਹੁੰਦਾ ਗਾ। ਬਾਕੀ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਕਦੇ ਐਵੇਂ ਨਾ ਹੋਵੇ, ਬਟ ਕਦੇ ਵੀ ਕਿਸੇ ਵੀ ਕੁਸ਼ਚਨ 'ਤੇ ਡਾਊਟ ਹੋਵੇ ਕਮੈਂਟ ਕਰੋ, ਟੈਲੀਗ੍ਰਾਮ 'ਤੇ ਆਓ। ਇਸੇ ਕਰਕੇ ਮੈਂ ਕਹਿੰਦਾ ਕਿ ਟੈਲੀਗ੍ਰਾਮ ਦੇ ਵਿੱਚ ਇੱਕ ਗਰੁੱਪ ਹੋਰ ਬਣਿਆ ਹੋਇਆ ਡਿਸਕਸ਼ਨ ਗਰੁੱਪ, ਤੁਸੀਂ ਉਹਦੇ ਵਿੱਚ ਚਲੇ ਜਾਇਆ ਕਰੋ, ਠੀਕ ਹੈ। ਤਾਂ ਉੱਥੇ ਜਾ ਕੇ ਪੁੱਛ ਪੱਛ ਲਿਆ ਕਰੋ ਭਾਈ। ਚਲੋ ਖੈਰ, ਇਸ ਤੋਂ ਬਾਅਦ ਆ ਗਿਆ ਵੈਨ ਵਾਜ ਪੰਜਾਬ ਅਨੈਕਸੇਸ਼ਨ ਵਿਦ ਬ੍ਰਿਟਿਸ਼ ਰੂਲ। ਤਾਂ ਪੰਜਾਬ ਦੀ ਅਨੈਕਸੇਸ਼ਨ ਕਦੋਂ ਹੋਈ ਆ, ਠੀਕ ਹੈ। ਸੋ ਪੰਜਾਬ ਦੀ ਅਨੈਕਸੇਸ਼ਨ ਜਿਹੜੀ 1849 ਦੇ ਵਿੱਚ ਹੋਈ ਆ। ਦੋ ਕੁਸ਼ਚਨ ਤੁਹਾਤੋਂ ਮੈਂ ਪੁੱਛਣੇ ਆ। ਇੱਕ ਤਾਂ ਮੈਂ ਪਹਿਲਾਂ ਪੁੱਛ ਲਿਆ ਕਿ ਵਿਧਾਨ ਪਰਿਸ਼ਦ ਆ ਜਿਹੜੀ ਉਹ ਕਦੋਂ ਬਣੀ ਹੈ, ਕਦੋਂ ਬਣੀ ਨਹੀਂ, ਵਿਧਾਨ ਪਰਿਸ਼ਦ ਜਿਹੜੀ ਕਿਹੜੀ ਸਟੇਟਾਂ ਦੇ ਵਿੱਚ ਆ, ਠੀਕ ਹੈ। ਅਤੇ ਬਾਕੀ ਪੰਜਾਬ ਅਨੈਕਸੇਸ਼ਨ ਆ ਜਿਹੜੀ ਉਹ ਲਾਰਡ ਡਲਹੌਜ਼ੀ ਦੇ ਟਾਈਮ 'ਤੇ ਹੋਈ ਹੈ। ਅਤੇ ਆਪਾਂ ਨੂੰ ਪਤਾ ਕਿ ਲਾਰਡ ਡਲਹੌਜ਼ੀ ਨੇ ਡਾਕਟਰਿਨ ਆਫ ਲੈਪਸ ਵੀ ਚਲਾਈ ਸੀ, ਜਿਹਦੇ ਰਾਹੀਂ ਉਹ ਅਨੈਕਸੇਸ਼ਨ ਕਰਦਾ ਸੀ। ਕੁਸ਼ਚਨ ਇਹ ਆ ਵੀ ਪੰਜਾਬ ਡਾਕਟਰਿਨ ਆਫ ਲੈਪਸ ਦੇ ਅਧੀਨ ਹੋਇਆ ਗਾ ਅਨੈਕਸ, ਜਾਂ ਕੋਈ ਉਹਦਾ ਹੋਰ ਕਾਰਨ ਸੀ? ਜੇ ਕੋਈ ਉਹਦਾ ਹੋਰ ਕਾਰਨ ਸੀ, ਫਿਰ ਉਹ ਕੀ ਕਾਰਨ ਸੀ ਵੀ ਜਿਹੜਾ ਲਾਰਡ ਡਲਹੌਜ਼ੀ ਦੇ ਟਾਈਮ 'ਤੇ ਜਾਂ ਲਾਰਡ ਡਲਹੌਜ਼ੀ ਵੱਲੋਂ ਯਾਨੀ ਕਿ ਪੰਜਾਬ ਅਨੈਕਸੇਸ਼ਨ ਕਰ ਲਿਆ ਗਿਆ, ਠੀਕ ਹੈ। ਤਾਂ ਉਹਦਾ ਕਾਰਨ ਤੁਸੀਂ ਦੱਸਣਾ ਗਾ, ਠੀਕ ਹੈ। ਸੋ 1849 ਜਿਹੜਾ ਹੋਇਆ ਸੀ ਪੰਜਾਬ ਅਨੈਕਸ। ਸੋ ਇਹ ਸੀਗੇ ਕੁਸ਼ਚਨ, ਆਈ ਥਿੰਕ ਤੁਹਾਨੂੰ ਕਾਫੀ ਵਧੀਆ ਲੱਗੇ ਹੋਣਗੇ। ਵਧੀਆ ਲੱਗਿਆ ਤਾਂ ਲਾਈਕ ਦਾ ਬਟਨ ਅਤੇ ਕੁਸ਼ਚਨ ਜਿਹੜੇ ਮੈਂ ਪੁੱਛੇ ਉਹਨਾਂ ਦਾ ਕਮੈਂਟ ਬਾਕਸ ਦੇ ਵਿੱਚ ਆਨਸਰ ਦੇਣਾ ਜ਼ਰੂਰ ਹੈ। ਪੰਜਾਬ PCS ਦਾ ਚੈਨਲ ਵੀ ਬਣਿਆ ਹੋਇਆ, ਉਹਨੂੰ ਤੁਸੀਂ ਸਬਸਕ੍ਰਾਈਬ ਕਰਨਾ ਗਾ। ਹਰੇਸ ਅਕੈਡਮੀ ਅਫੀਸ਼ੀਅਲ ਦਾ ਚੈਨਲ ਸਬਸਕ੍ਰਾਈਬ ਕਰੋ। ਆਪਾਂ ਹੋਰ ਨਵੀਆਂ ਇਸੇ ਤਰੀਕੇ ਦੇ ਨਾਲ ਮਿਲਦੇ ਰਹਾਂਗੇ ਵੀਡੀਓਆਂ ਲੈ ਕੇ। ਅਤੇ ਧੰਨਵਾਦ, ਬਾਬਾ ਮਿਹਰ ਕਰੇ।